ਸੁਲਤਾਨਪੁਰ ਲੋਧੀ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਅਜੇ ਤੱਕ ਗੁਰੂ ਘਰ ਦੇ ਵਿੱਚ ਹੋਈ ਬੇਅਦਬੀ ਤੇ ਸਰਕਾਰ ਨੇ ਚੁੱਪ ਵੱਟੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਹਜੇ ਤੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਬਿਲਕੁਲ ਹੀ ਚੁੱਪ ਵੱਟੀ ਹੋਈ ਹੈ ਤੇ ਗੁਰੂ ਘਰ ਦੇ ਵਿੱਚ ਹੋਈ ਬੇਅਦਬੀ ਨੂੰ ਸ਼ਰੇਆਮ ਜੋ ਅੰਜਾਮ ਦਿੱਤਾ ਗਿਆ ਉਸ ਉੱਤੇ ਹਜੇ ਤੱਕ ਚੁੱਪ ਸਰਕਾਰਾਂ ਨੇ ਵੱਟ ਲਈ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਇਨਸਾਫ਼ ਦੀ ਮੰਗ ਹੈ ਜਿਹੜੀ ਉਹ ਵੀ ਕੀਤੀ ਗਈ ਹੈ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਹੈ। ਬੜੇ ਦੁੱਖ ਦੀ ਗੱਲ ਹੈ ਜੀ, ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ 'ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਵਿੱਚ ਜਿੱਥੇ ਗੁਰੂ ਸਾਹਿਬ ਦੀ ਆਪ ਚਰਨ ਛੋਹ ਧਰਤੀ ਹੈ, ਅੰਮ੍ਰਿਤ ਵੇਲੇ 'ਚ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਪੁਲਿਸ ਨੂੰ ਭੇਜਣਾ ਬੂਟਾਂ ਦੇ ਨਾਲ, ਆਟੋਮੈਟਿਕ ਰਾਈਫਲਾਂ ਦੇ ਨਾਲ, ਅਥਰੂ ਗੈਸਾਂ ਦੇ ਨਾਲ ਗੁਰਦੁਆਰਾ ਸਾਹਿਬ 'ਚ ਅਥਰੂ ਗੈਸ ਪਏ ਨੇ, ਠਾ 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 ਗੋਲੀਆਂ ਵੱਜੀਆਂ, ਇੱਕ ਬੰਦਾ ਸ਼ਹੀਦ ਵੀ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਖੰਡਨ ਹੋ ਗਿਆ। ਤੇ ਹੈਰਾਨੀ ਦੀ ਗੱਲ ਕਿ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ, ਬੇਅਦਬੀਆਂ ਦੀ ਗੱਲ ਕਰਦੇ ਸੀ, ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ। ਤੇ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ, ਕਿਹਦੇ ਇਸ਼ਾਰੇ 'ਚ ਪੁਲਿਸ ਜਾਂਦੀ ਹੈ? ਤੇ ਜੇ ਇੰਦਰਾ ਗਾਂਧੀ ਦੇ ਇਸ਼ਾਰੇ 'ਚ ਫੌਜ ਤੇ ਪੁਲਿਸ ਦਰਬਾਰ ਸਾਹਿਬ 'ਚ ਜਾ ਕੇ ਅਕਾਲ ਤਖ਼ਤ ਸਾਹਿਬ 'ਚ ਹਮਲੇ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਤੇ ਗੋਲੀਆਂ ਚਲਾਈਆਂ, ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਭੇਜਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ? ਤੇ ਜੇ ਨਹੀਂ ਭੇਜਿਆ ਤਾਂ ਹੁਣ ਪੁਲਿਸ ਦੇ ਅਫਸਰਾਂ ਦੇ ਖਿਲਾਫ਼ ਅੱਜ ਤਾਈਂ ਐਕਸ਼ਨ ਕਿਉਂ ਨਹੀਂ ਹੋਇਆ? ਅੱਜ ਤਾਈਂ ਪਤਾ ਦਰਜ ਕਿਸੇ ਖਿਲਾਫ਼ ਕਿਉਂ ਨਹੀਂ ਹੋਇਆ? ਤੇ ਕਿਸੇ ਵਿਰੋਧੀ ਪਾਰਟੀ, ਹਾਂ ਇਹਨਾਂ ਦਾ ਗੱਠਜੋੜ ਹੋ ਗਿਆ, ਕਾਂਗਰਸ ਤਾਂ ਹੁਣ ਬੋਲੂਗੀ ਨਹੀਂ, ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ, ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ, ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਅਖੰਡ ਪਾਠ ਸਿਖਾਉਂਦੇ ਕਿ ਕੋਲੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੰਡਨ ਹੋਇਆ ਗੁਰੂ ਸਾਹਿਬ ਦੇ ਅਵਤਾਰ ਦਿਹਾੜੇ 'ਚ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ, ਲੇਕਿਨ ਅਕਾਲੀ ਦਲ ਦੇ ਖਿਲਾਫ਼ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ, ਕਿਸੇ ਪੁਲਿਸ ਦੇ ਖਿਲਾਫ਼ ਕੋਈ ਐਕਸ਼ਨ ਨਹੀਂ, ਕੋਈ ਐਕਸ਼ਨ ਮੰਗ ਵੀ ਨਹੀਂ ਰਿਹਾ ਸਾਡੇ ਇਲਾਵਾ ਕੋਈ। ਮੈਂ ਸਮਝਦੀ ਹਾਂ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਮਖੌਟੀ ਸਾਰੇ ਹੁੰਦੇ ਨੇ, ਇਕੱਠੇ ਨੇ ਸਾਰੇ ਇਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ, ਤੇ ਜਿੱਥੇ ਮੂੰਹ ਖੋਲਣਾ ਚਾਹੀਦਾ, ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ, ਉੱਥੇ ਸਾਰੇ ਇਕੱਠੇ ਹੋ ਕੇ ਮੂੰਹ ਖੋਲਦੇ ਨਹੀਂ ਹੈਗੇ। ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ, ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ, ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਗਾਉਣ ਵਾਸਤੇ, ਤੇ ਲੋਕਾਂ ਦੀ ਜ਼ਮੀਰਾਂ ਜਾਗਣ। ਭਾਵੇਂ ਹਰਿਮੰਦਰ ਸਾਹਿਬ ਦੇ ਸੱਚਖੰਡ ਸਾਹਿਬ ਤੇ ਜਾ ਕੇ ਇੱਕ ਮੁੰਡਾ ਹਮਲਾ ਕਰ ਦਿੰਦਾ ਹੈ, ਕਾਂਗਰਸ ਸਰਕਾਰ ਨੇ ਉਹਦਾ ਵੀ ਕੁਛ ਪਤਾ ਨਹੀਂ ਕਰਿਆ, ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਿਟਾਤੇ। ਇਹ ਭਗਵੰਤ ਮਾਨ ਬੈਟ ਭੇਜ ਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਛ ਨਹੀਂ ਬੋਲਦਾ, ਮਤਲਬ ਇਹਨਾਂ ਨੂੰ ਸਭ ਕੁਛ ਮਾਫ਼ ਹੈਗਾ, ਭਾਵੇਂ ਅਕਾਲ ਤਖ਼ਤ ਸਾਹਿਬ ਤੇ ਹਮਲੇ ਕਰਨ, ਭਾਵੇਂ ਸਿੱਖ ਕੌਮ ਦਾ ਨਸਲਕੁਸ਼ੀ ਕਰਨ, ਭਾਵੇਂ ਪੁਲਿਸ ਨੂੰ ਅੱਜ ਗੁਰੂ ਘਰ 'ਚ ਭੇਜਦਾ, ਕੱਲ੍ਹ ਕਿਸੇ ਦੇ ਘਰ 'ਚ ਭੇਜ ਦੇਣਗੇ, ਕੋਈ ਐਕਸ਼ਨ ਹੀ ਨਹੀਂ। ਤੇ ਜੇ ਲੋਕ ਇਹਨਾਂ ਨੂੰ ਜਗਾਉਣਗੇ ਨਹੀਂ, ਜਵਾਬ ਨਹੀਂ ਮੰਗਣਗੇ, ਤਾਂ ਪੰਜਾਬ ਦੇ ਹਾਲਾਤ ਤਾਂ ਫਿਰ ਖਰਾਬ ਹੋਣੇ ਹੀ ਨੇ। ਜਿਵੇਂ ਦੁਨੀਆਂ 'ਚ ਮਾਨਸਾ ਜਾ ਕੇ ਆ, ਦੋ ਨੌਜਵਾਨ ਬੱਚਿਆਂ ਦੀਆਂ ਡੈਥ ਹੋਈ ਹੈਗੀ, ਤਿੰਨ ਐਂਬੂਲੈਂਸਾਂ ਤੱਕ ਲਿਜਾਣ ਲਈ ਉਹਨਾਂ ਨੂੰ ਲੁਧਿਆਣਾ ਇੰਨੀ ਸਟਰਗਲ ਕਰਨੀ ਪਈ ਆ, ਤੁਸੀਂ ਵੀ ਟਵੀਟ ਕੀਤਾ, ਕਿਵੇਂ ਦੇਖਦੇ ਹੋ? ਨਹੀਂ, ਬਹੁਤ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ, ਇੰਨਾ ਡੂੰਘਾ ਦੁੱਖ ਕਿ ਮੈਂ ਉਹਨੂੰ ਸ਼ਾਇਦ ਬਿਆਨ ਵੀ ਨਹੀਂ ਕਰ ਸਕਦੀ, ਕਿ ਦੋ ਪਰਿਵਾਰਾਂ ਦੇ ਇਕਲੌਤੇ ਪੁੱਤ, 15 ਸਾਲ ਦੇ, 16 ਸਾਲ ਦੇ, ਛੋਟੀ ਨਿੱਕੀ ਉਮਰ ਦੇ ਮਾਵਾਂ ਦੇ ਇਕੱਲੇ ਪੁੱਤ, ਉਹਨਾਂ ਦਾ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਭੱਜ ਕੇ ਪਰਿਵਾਰ ਮਾਨਸਾ ਸਿਵਲ ਹਸਪਤਾਲ ਲੈ ਕੇ ਜਾਂਦਾ ਦੁਪਹਿਰ ਦੇ 3 ਵਜੇ, ਇਹ ਵੀ ਨਹੀਂ ਕਿ ਰਾਤ ਦੇ ਹਨੇਰੇ 'ਚ, ਦੁਪਹਿਰ ਦੇ 3 ਵਜੇ ਇੱਕ ਡਾਕਟਰ, ਇੱਕ ਵੀ ਡਾਕਟਰ ਉੱਥੇ ਨਹੀਂ,
ਇੱਕ ਕੰਪਾਊਂਡਰ ਤੱਕ ਉੱਥੇ ਨਹੀਂ ਤੇ ਸਾਹਮਣੇ ਦੀ ਕੈਮਿਸਟ ਦੀ ਦੁਕਾਨ ਤੋਂ ਕਿਸੇ ਬੰਦੇ ਨੂੰ ਫੜ ਕੇ ਉਹਦੇ ਟਾਕੇ ਸਿਰ 'ਚ ਲਾਏ ਤੇ ਦੂਜੇ ਦੀ ਜਾਨ ਬਚਾ ਕਰਦਾ, ਕਹਿੰਦੇ ਤੁਸੀਂ ਇਹਨੂੰ ਲੈ ਜਾਓ ਲੁਧਿਆਣੇ ਲੈ ਜਾਓ DMC 'ਚ ਤੇ ਐਂਬੂਲੈਂਸ ਕੰਮ ਨਾ ਕਰੇ। ਤਿੰਨ ਐਂਬੂਲੈਂਸ ਬਦਲ ਕੇ ਇੱਕ ਲੈ ਕੇ ਗਏ ਖੜ ਗਈ, ਦੂਜੀ ਲੈ ਕੇ ਗਏ ਉਹ ਖੜ ਗਈ, ਤੀਜੀ ਲੈ ਮਸਾਂ ਮਸਾਂ ਜਦੋਂ ਤਾਈਂ ਲੁਧਿਆਣੇ ਪਹੁੰਚੇ ਤੇ ਬੱਚੇ ਦੀ ਮੌਤ ਹੋ ਚੁੱਕੀ ਸੀ। ਇਹ ਜਿਹੜੇ ਕਹਿੰਦੇ ਸੀ ਗਾਰੰਟੀ ਸਾਨੂੰ ਸਕੂਲ ਬਣਾਉਣੇ ਹਨ, ਸਾਨੂੰ ਹਸਪਤਾਲ ਬਣਾਉਣੇ, ਗਾਰੰਟੀ ਇਹ ਕੇਜਰੀਵਾਲ ਦਿੰਦਾ ਸੀ, ਭਗਵੰਤ ਮਾਨ ਦਿੰਦਾ ਸੀ। ਸਿਵਲ ਹਸਪਤਾਲਾਂ ਦਾ ਹਾਲ ਆ ਕਿ ਕੋਈ ਉੱਥੇ ਨਾ ਕੋਈ ਡਾਕਟਰ, ਨਾ ਉੱਥੇ ਕੋਈ CMO, ਨਾ ਕੋਈ ਕੰਪਾਊਂਡਰ, ਨਾ ਕੋਈ ਦਵਾਈ, ਨਾ ਕੋਈ ਇਲਾਜ, ਐਮਰਜੈਂਸੀ 'ਚ ਆ ਚੱਲ ਰਿਹਾ। ਤੇ ਆਪਣੇ ਮਾਨਸੇ 'ਚ ਹੀ ਅਭੀ ਸਬਕ ਨਹੀਂ ਸਿੱਖਿਆ। ਸਰਕਾਰ ਬਨਨ ਸਾਹਿਬ ਮੂਸੇਵਾਲ ਦੀ ਜਦ ਹੱਤਿਆ ਹੋਈ ਉੱਥੇ ਵੀ ਕੋਈ ਹਸਪਤਾਲ 'ਚ ਕੋਈ ਸਿਵਾ ਨਹੀਂ ਉਹਨੂੰ ਦੇਖਣ ਵਾਲਾ। ਉਹਦੇ ਬਾਅਦ ਵੀ ਆਪਾਂ ਦੇਖਿਆ ਦੋ ਹੋਰ ਮਰੀਜ਼ ਕਿਵੇਂ ਜਾ ਕੇ ਕਿੱਥੇ ਸਿੱਟਿਆ ਸੀ। ਹੁਣ ਆ ਦੋ ਨੌਜਵਾਨ ਬੱਚਿਆਂ ਦੀ ਡਾਕਟਰਾਂ ਦੀ ਨਾ ਮੌਜੂਦਗੀ ਹੋਣ ਕਰਕੇ, ਫਸਟ ਏਡ ਨਹੀਂ ਮਿਲਣ ਕਰਕੇ ਇੱਕ ਮਾਂ ਨੇ ਆਪਦਾ ਪੁੱਤ ਖੋਲਿਆ। ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ।